ਵਿਦਿਆਰਥੀਓ ਅੱਜ ਅਸੀਂ ਵੰਨਗੀ ਪੁਸਤਕ ਵਿਚਲੇ ਨਾਇਕ ਇਕਾਂਗੀ ਜੋ ਕਿ ਗੁਰਸ਼ਰਨ ਸਿੰਘ ਦੀ ਲਿਖੀ ਹੋਈ ਹੈ ਦੇ ਪਾਤਰ ਪੁੱਤਰ ਬਾਰੇ ਜਾਣਾਂਗੇ। ਪੁੱਤਰ ਨਾਇਕ ਇਕਾਂਗੀ ਦਾ ਮੁੱਖ ਪਾਤਰ ਹੈ। ਪੁੱਤਰ ਆਪਣੇ ਪਿਤਾ ਜੋ ਕਿ ਇੱਕ ਅਫਸਰ ਇੱਕ ਜੱਜ ਦੇ ਰੂਪ ਵਿੱਚ ਉਸਦੇ ਸਾਹਮਣੇ ਆਉਂਦੇ ਹਨ ਨਾਲੋਂ ਵੱਖਰੀ ਸੋਚ ਦਾ ਧਾਰਨੀ ਹੈ। ਪਿਤਾ ਨਾਲੋਂ ਵੱਖਰੀ ਸੋਚ ਦਾ ਕਾਰਨ ਪੀੜੀ ਪਾੜਾ ਵੀ ਹੈ। ਪੁੱਤਰ ਦੇ ਪਾਤਰ ਵਿੱਚ ਅਸੀਂ ਹੇਠ ਲਿਖੇ ਗੁਣ ਦੇਖਦੇ ਹਾਂ। ਪੁੱਤਰ ਇੱਕ ਪੜ੍ਹਿਆ ਲਿਖਿਆ ਨੌਜਵਾਨ ਹੈ। ਉਹ ਮੈਟ੍ਰਿਕ ਤੋਂ ਲੈ ਕੇ MA ਤੱਕ ਫਸਟ ਕਲਾਸ ਵਿੱਚ ਪਾਸ ਹੁੰਦਾ ਰਿਹਾ ਹੈ। ਮੈਟ੍ਰਿਕ ਵਿੱਚ ਉਹ ਜ਼ਿਲ੍ਹੇ ਵਿੱਚੋਂ ਫਸਟ, BA ਵਿੱਚ ਕਾਲਜ ਵਿੱਚੋਂ ਫਸਟ ਅਤੇ MA ਵਿੱਚੋਂ ਉਹ ਕਲਾਸ ਵਿੱਚੋਂ ਫਸਟ ਆਉਂਦਾ ਹੈ। ਉਸਨੂੰ ਆਪਣੀ ਕਾਬਲੀਅਤ ਉੱਤੇ ਪੂਰਾ ਭਰੋਸਾ ਹੈ। ਪੁੱਤਰ ਸੂਝਵਾਨ ਨੌਜਵਾਨ ਵਜੋਂ ਸਾਹਮਣੇ ਆਉਂਦਾ ਹੈ। ਉਸਨੂੰ ਸਮਾਜ ਵਿਚਲੇ ਅਫਸਰਸ਼ਾਹੀ ਅਤੇ ਆਮ ਲੋਕਾਂ ਵਿਚਲੇ ਫਰਕ ਦੀ ਪੂਰੀ ਸਮਝ ਹੈ। ਨਵੀਂ ਪੀੜ੍ਹੀ ਦਾ ਪ੍ਰਤੀਨਿਧ ਪੁੱਤਰ ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਦਾ ਹੈ। ਪਿਤਾ ਨਾਲੋਂ ਵੱਖਰੀ ਸੋਚ ਰੱਖਣਾ ਸੁਭਾਵਕ ਹੈ। ਉਹ ਸਿਫਾਰਿਸ਼ ਨਾਲ ਨੌਕਰੀ ਲੈਣ ਦੇ ਹੱਕ ਵਿੱਚ ਨਹੀਂ ਹੈ। ਬੇਰੁਜ਼ਗਾਰ ਪੁੱਤਰ ਭਾਵੇਂ MA ਪਾਸ ਹੈ, ਪਰੰਤੂ ਫਿਰ ਵੀ ਉਸਨੂੰ ਆਪਣੀ ਯੋਗਤਾ ਦੇ ਬਰਾਬਰ ਨੌਕਰੀ ਦੀ ਭਾਲ ਹੈ। ਜਿੱਥੇ ਉਹ ਨੌਕਰੀ ਦੀ ਇੰਟਰਵਿਊ 'ਤੇ ਜਾਂਦਾ ਹੈ, ਉੱਥੇ ਸਿਫਾਰਿਸ਼ ਨਾ ਹੋਣ ਕਾਰਨ ਉਸਨੂੰ ਵੱਧ ਅੰਕ ਲੈਣ 'ਤੇ ਵੀ ਨੌਕਰੀ ਨਹੀਂ ਦਿੱਤੀ ਜਾਂਦੀ। ਉਹ ਆਪਣੀ ਯੋਗਤਾ ਅਨੁਸਾਰ ਨੌਕਰੀ ਦੀ ਭਾਲ ਵਿੱਚ ਹੈ। ਪੁੱਤਰ ਸਮਾਜ ਵਿਚਲੇ ਪਾੜੇ ਤੋਂ ਅਨਸੰਤੁਸ਼ਟ ਹੈ, ਕਿਉਂਕਿ ਕਈ ਕਾਬਲ ਲੋਕ ਸਿਫਾਰਿਸ਼ ਨਾ ਹੋਣ ਕਾਰਨ ਆਪਣੀ ਯੋਗਤਾ ਅਨੁਸਾਰ ਰੁਜ਼ਗਾਰ ਵੀ ਨਹੀਂ ਪ੍ਰਾਪਤ ਕਰ ਸਕਦੇ। ਉੱਥੇ ਦੂਜੇ ਪਾਸੇ ਘੱਟ ਯੋਗਤਾ ਅਤੇ ਸਿਫਾਰਿਸ਼ ਵਾਲੇ ਲੋਕ ਨੌਕਰੀਆਂ ਪ੍ਰਾਪਤ ਕਰ ਜਾਂਦੇ ਹਨ। ਪੁੱਤਰ ਆਪਣੀ ਹਰ ਗੱਲ ਤਰਕ ਨਾਲ ਕਰਦਾ ਹੈ, ਜੋ ਕਿ ਉਸ ਨੂੰ ਤਰਕਵਾਦੀ ਬਣਾਉਂਦਾ ਹੈ। ਭਾਵੇਂ ਉਹ ਆਪਣੇ ਪਿਤਾ ਨਾਲ ਗੱਲ ਕਰ ਰਿਹਾ ਹੋਵੇ, ਭਾਵੇਂ ਅਫਸਰ ਨਾਲ ਅਤੇ ਭਾਵੇਂ ਕਚਹਿਰੀ ਵਿਚਲੇ ਜੱਜ ਨਾਲ। ਪੁੱਤਰ ਆਪਣੇ ਅਸੂਲਾਂ ਦਾ ਪੱਕਾ ਹੈ। ਜਦੋਂ ਇੰਟਰਵਿਊ ਲੈਣ ਵਾਲਾ ਅਫਸਰ ਉਸਨੂੰ ਸਿਫਾਰਿਸ਼ ਹੋਣ ਬਾਰੇ ਪੁੱਛਦਾ ਹੈ ਤਾਂ ਉਹ ਕਹਿੰਦਾ ਹੈ ਕਿ ਇਹ ਗੱਲ ਨੌਕਰੀ ਦੀ ਐਡਵਰਟਾਈਜ਼ਮੈਂਟ ਵੇਲੇ ਨਹੀਂ ਸੀ ਲਿਖੀ ਗਈ। ਇਸ ਇਕਾਂਗੀ ਵਿੱਚ ਪੁੱਤਰ ਨੂੰ ਅਸੀਂ ਜੋਸ਼ ਨਾਲ ਭਰਿਆ ਹੋਇਆ ਦੇਖਦੇ ਹਾਂ। ਜੱਜ ਦੇ ਸਾਹਮਣੇ ਉਹ ਸਵਾਲਾਂ ਦੇ ਜਵਾਬ ਬੜੇ ਹੀ ਜੋਸ਼ੀਲੇ ਢੰਗ ਨਾਲ ਦਿੰਦਾ ਹੈ, ਕਿਉਂਕਿ ਉਹ ਸਥਾਪਿਤ ਸਮਾਜ ਤੋਂ ਸੰਤੁਸ਼ਟ ਨਹੀਂ ਹੈ। ਪੁੱਤਰ ਫਿਕਰਮੰਦ ਵੀ ਹੈ ਆਪਣੇ ਪਿਤਾ ਪ੍ਰਤੀ। ਪੁੱਤਰ ਜਦੋਂ 1 ਸਾਲ ਦੀ ਸਜ਼ਾ ਭੁਗਤ ਰਿਹਾ ਹੁੰਦਾ ਹੈ ਤਾਂ ਪਿਤਾ ਉਸਨੂੰ ਜੇਲ੍ਹ ਵਿੱਚ ਮਿਲਣ ਆਉਂਦਾ ਹੈ। ਪੁੱਤਰ ਆਪਣੇ ਪਿਤਾ ਦੀ ਡਿੱਗਦੀ ਸਿਹਤ ਨੂੰ ਦੇਖ ਕੇ ਫਿਕਰਮੰਦ ਹੁੰਦਾ ਹੈ ਅਤੇ ਆਪਣੇ ਪਿਤਾ ਨੂੰ ਸਿਹਤ ਦਾ ਧਿਆਨ ਰੱਖਣ ਬਾਰੇ ਕਹਿੰਦਾ ਹੈ। ਪਿਤਾ ਪ੍ਰਤੀ ਮੋਹ ਨਾਲ ਭਰਿਆ ਹੋਇਆ ਇਸ ਇਕਾਂਗੀ ਦੇ ਅੰਤ ਵਿੱਚ ਅਸੀਂ ਦੇਖਦੇ ਹਾਂ ਕਿ ਪੁੱਤਰ ਆਪਣੇ ਪਿਤਾ ਪ੍ਰਤੀ
मोह नाल भरिया होया है। ओह अपने दिलों अपने पिता का हमेशा सतिकार करता है। उसका संघर्ष तो पिता के उपरले कोल नाल है। पुत्र बहुत वड्डा सिख्यार्थी भी है। ओह अपने जीवन दियां सारियां घटनावां तो सिखदा रहिंदा है। इसे करके ओह अपने पिता नूं जेल विच कहिंदा है यह थां तां एक यूनिवर्सिटी है। अंत विच असी देखदे हाँ कि पुत्र दे चरित्र विच अनेका गुण हन जो उस नूं असल जिंदगी दा नायक बनाउंदे हन। धन्यवाद।